6000 ਕਰੋੜ ਦੇ ਡਰਗ ਰੈਕਟ ਮਾਮਲੇ 'ਚ ਫੜੇ ਗਏ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਖੁਲਾਸਿਆਂ ਤੋਂ ਬਾਅਦ ਪੁੱਛਗਿੱਛ ਲਈ ਕੀਤੇ ਗਏ ਸੰਮਨ ਤੋਂ ਬਾਅਦ ਅੱਜ ਸੀਪੀਐਸ ਅਵਿਨਾਸ਼ ਚੰਦਰ ਈਡੀ ਦਫ਼ਤਰ ਪੁੱਜੇ ਜਿੱਥੇ ਉਹਨਾਂ ਕੋਲੋਂ ਈਡੀ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਗਈ। ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ ਚੌਥੀ ਵਾਰ ਈਡੀ ਅਧਿਕਾਰੀਆਂ ਨੇ ਦਫ਼ਤਰ ਬੁਲਾ ਕੇ ਪੁੱਛਗਿੱਛ ਕੀਤੀ ਹੈ। ਜ਼ਿਕਰਯੋਗ ਹੈ ਕਿ ਈਡੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦੀ ਜਾਂਚ ਕਰ ਰਹੀ ਹੈ। ਈਡੀ ਵੱਲੋਂ ਇਸ ਕੇਸ 'ਚ ਵਿਧਾਇਕ ਅਤੇ ਸੀਪੀਐਸ ਸਰਵਨ ਸਿੰਘ ਫਲੌਰ ਦੇ ਬੇਟੇ ਦਮਨਵੀਰ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। क्या क्या इसमें कुछ बता सकते हैं? कहीं ये तो नहीं जो केंद्र और स्टेट में स्टेट गवर्नमेंट जो डिफरेंसेस हो रहे हैं उस कारण बुलाया? नहीं, ऐसी कोई बात नहीं। उनका महकमा है, बुला के पूछ सकते हैं। हम बता रहे हैं, मैं भी एक देश का नॉर्मल नागरिक हूँ और हम ऑनर करते हैं उसी बुकिंग को। बुलाया जाए ब्यूरो रिपोर्ट 5 आप टुडे।